ਅੱਜ ਦਾ ਵਲੋਗ ਬਣਾਉਣ ਵਾਸਤੇ ਇੱਕ ਸੀ ਜੰਨੀ ਕਿ ਨਾ ਰਕਵੇ ਵਾਲੇ ਸਾਈਡ ਤੇ ਨਿਕਲੇ ਆ ਤੇ ਚਾਚਾ ਜੀ ਹੁਣ ਆ ਰਹੇ ਸੀਗੇ ਤੇ ਮੈਂ ਕਿਹਾ ਚਲੋ ਇਹਨਾਂ ਨਾਲ ਗੱਪਸ਼ਪ ਕਰਦੇ ਆ ਚਾਚਾ ਜੀ ਕੀ ਹਾਲ ਆ ਠੀਕ ਆ ਜੀ ਠੀਕ ਹੋ ਸ਼ੁਕਰ ਅੱਲਾ ਦਾ ਹਾਂ ਲਾ ਆਵਾਂ ਫਿਰ ਮੈਂ ਤੁਹਾਡੇ ਨਾਲ ਜੀ ਨਹੀਂ ਇਹਨੂੰ ਕਿਹੜੀ ਛੱਟ ਲੱਗ ਚਲੀ ਆ ਅੱਛਾ ਜੀ ਤੁਹਾਡਾ ਤਾਂ ਸਿਹਤ ਵੀ ਠੀਕ ਹੈ ਠੀਕ ਹੈ ਸ਼ੁਕਰ ਅੱਲਾ ਦਾ ਜੀ ਇਹ ਤਾਂ ਇਨੇਕ ਪੱਤੇ ਕੀ ਕਰਨੇ ਹੈਗੇ ਆ ਜੀ ਬੱਕਰੀਆਂ ਰੱਖੀਆਂ ਨੇ ਬੱਕਰੀ ਕਿੰਨੀਆਂ ਕਿ ਰੱਖੀਆਂ ਹਾਂ ਹਾਂ ਨੇ ਤਿੰਨ ਚਾਰ ਚਾਰ ਬੱਕਰੀਆਂ ਰੱਖੀਆਂ ਹੋਈਆਂ ਚਲੋ ਚੰਗੀ ਗੱਲ ਹੈ ਗਈ ਬੰਦ ਕਰ ਦੋ ਅੱਛਾ ਜੀ ਹੁਣ ਨਾ ਅਸੀਂ ਚਾਚਾ ਜੀ ਨਾਲ ਗੱਪਸ਼ਪ ਕੀ ਕਰਦੇ ਆ ਚਾਚਾ ਜੀ ਹੋਰ ਸਾਨੂੰ ਸਿਹਤ ਵੀ ਠੀਕ ਹੈ ਤੁਹਾਡੀ ਸ਼ੁਕਰ ਅਲਾ ਦਾ ਜੀ ਠੀਕ ਠਾਕ ਆ ਜੀ ਕਿੱਦਾਂ ਜ਼ਿੰਦਗੀ ਲੰਘਦੀ ਆ ਟਾਈਮ ਕਿੱਦਾਂ ਚੱਲ ਰਿਹਾ ਹੁਣ ਸ਼ੁਕਰ ਅਲਾ ਦਾ ਰੋਟੀ ਦੋ ਟਾਈਮ ਅਲਾਪਾਕ ਦੰਦਾ ਦਿੰਦਾ ਹੈ ਖਾਈ ਜਾਂਦੇ ਆ ਠੀਕ ਆ ਹਾਂ ਜੀ ਅੱਛਾ ਮਤਲਬ ਇਹ ਕਿ ਅੱਜ ਕੱਲ ਨਾ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੈਗੇ ਕਿ ਮਹਗਾਈ ਹੋ ਗਈ ਇਦਾਂ ਹੋ ਗਿਆ ਉਦਾਂ ਹੋ ਗਿਆ ਹਰ ਬੰਦਾ ਆਪਣੀ ਪਰੇਸ਼ਾਨੀ ਦੱਸ ਦਿਆਂ ਜਿਹਦੇ ਅੱਗੇ ਯਾਨੀ ਕਿ ਮੈਕ ਕਰ ਦੋ ਆਪਣੀ ਗੱਲ ਸੁਣਾ ਦਿੰਦਾ ਤੇ ਰੋਟੀ ਨਹੀਂ ਪੂਰੀ ਹੁੰਦੀ ਫੁਲਾਣਾ ਹੋ ਗਿਆ ਫੁਲਾਣੇ ਨੇ ਸਾਡਾ ਇਦਾਂ ਕਰਤਾ ਉਸ ਨੂੰ ਕਰਾਣ ਇਦਾਂ ਕਰਤਾ ਟਾੜਾ ਕੀ ਵਸ ਜ਼ੇਨ ਕਹਿੰਦਾ ਸ਼ੁਕਰ ਹੈ ਅੱਲਾਹ ਦਾ ਜੀ ਸਾਨੂੰ ਕਿਸੇ ਨਾਲ ਕੀ ਲੱਗਿਆ ਮਤਲਬ ਮੰਗਾਈਏ ਤੇ ਅਸੀਂ ਸੇ ਦੇਸੀ ਬੰਦੇ ਆ ਰੋਟੀ ਰਾਬਤ ਦੇ ਜਾਂਦਾ ਦੋ ਟਾਈਮ ਖਾਈ ਜਾਂਦੇ ਆ ਸ਼ੁਕਰ ਅੱਲਾਹ ਦਾ ਬਸ ਠੀਕ ਹੈ ਤੁਹਾਡੀ ਗੱਲ ਤੇ ਸਹੀ ਹੈਗੀ ਜ਼ਿੰਦਗੀ ਤੇ ਹੋਰ ਵੀ ਜ਼ਰੂਰਤ ਵਗੈਰਾ ਬਹੁਤ ਜ਼ਿਆਦਾ ਹੁੰਦੀਆਂ ਹੈਗੀਆਂ ਵਾ ਤੇ ਉਹ ਫਿਰ ਕੀ ਨਿਜ਼ਾਮ ਚੰਗਾ ਚੱਲ ਰਿਹਾ ਹੈਗਾ ਹਾਂ ਜੀ ਬਿਲਕੁਲ ਠੀਕ ਠਾਕ ਚੱਲ ਰਿਹਾ ਵਾ ਆਪਣਾ ਦੇਸੀ ਕੰਮਾਂ ਸਾਧਗਰੀ ਦਾ ਉਹ ਪਿਆ ਚੱਲਦਾ ਪਿਆ ਵਾ ਸਾਨੂੰ ਮਹਿੰਗਾਈ ਨਾਲ ਕੋਈ ਗਰਜ ਨਹੀਂ ਏਡੀ ਹੈਗੀ ਅੱਲਾ ਦੇ ਖੈਰਾ ਸ਼ੁਕਰ ਅੱਲਾ ਦਾ ਚਲੋ ਜੀ ਮਾਸ਼ੱਲਾ ਤੁਹਾਡੀ ਗੱਲ ਬਹੁਤ ਚੰਗੀ ਹੈਗੀ ਤੇ ਦੇਸੀ ਚਾਹਾਂ ਹੁਣ ਕਿਹੜਾ ਲੋਕ ਬੀਜਦੇ ਆ ਉਹ ਜੇ ਹੈਗੇ ਅਜੇ ਬਈਆਂ ਗਈਆਂ ਰੱਖਈਆਂ ਨੇ ਦੇਸੀ ਘਿਓ ਖਾਣੇ ਆ ਦੇਸੀ ਮੱਖਣ ਖਾਣੇ ਆ ਦੁੱਧ ਪੀਣੇ ਆ ਸ਼ੁਕਰ ਅੱਲਾ ਦਾ ਠੀਕ ਠਾਕ ਨਹੀਂ ਅੱਜਕੱਲ ਦੇ ਜਿਹੜੇ ਘਰ ਕੋਈ ਪਾਇਆ ਕਿ ਹੋ ਨਿਕਲ ਰਿਹਾ ਵੇਚਣ ਤੋਰ ਫੇਂਦਾ ਕੀ ਕੀ ਗੱਲ ਸਹੀ ਹੈ ਗਲਤ ਮੈਂ ਨਹੀਂ ਅਸੀਂ ਨਹੀਂ ਵੇਚਦੇ ਅਸੀਂ ਆਪ ਹੀ ਖਾਂਦੇ ਆ ਬੜੀ ਗੱਲ ਆ ਫੇ ਤੇ ਢਾਡੀ ਤੁਸੀਂ ਚਸਕਰ ਆਤੀ ਆ ਗਈ ਮੈਂ ਕਹ ਜੀ ਜ਼ਬਰਦਸਤ ਕੰਮ ਕਰਦੇ ਤੁਸੀਂ ਹਾਂ ਹਾਂ ਜੀ ਬਿਲਕੁਲ ਮੈਂ ਤੁਸੀਂ ਡਾਲਡਾ ਘਰ ਨਹੀਂ ਲੈ ਕੇ ਉਹਨੇ ਫਿਰ ਨਹੀਂ ਨਹੀਂ ਜੀ ਡਾਲਟਾ ਨੇ ਡਾਲਟਾ ਲੈ ਕੇ ਆਈਏ ਤੇ ਨਿਆਣਿਆਂ ਦੇ ਖੰਗ ਲੱਗ ਜਾਂਦੀ ਆ ਸਾਨੂੰ ਖੰਗ ਲੱਗ ਜਾਂਦੀ ਆ ਵੱਡਿਆਂ ਬੰਦਿਆਂ ਨੂੰ ਅਸੀਂ ਦੇਸੀ ਖਾਂਦੇ ਆ ਬੜੀ ਗੱਲ ਆ ਯਕੀਨ ਕੋਰ ਬੜੀ ਗੱਲ ਮੈਂ ਸੂਟ ਵਾਲਾ ਤੁਹਾਨੂੰ ਅੱਛਾ ਜੀ ਆ ਦੇਖ ਲੋ ਬਾਬਾ ਜੀ ਅੱਜ ਯਾਨੀ ਕਿ ਮੈਨੂੰ ਮਿਲੇ ਕਹਿ ਰਹੇ ਕਿ ਯਾਨੀ ਕੋਈ ਮਹਗਾਈ ਨਹੀਂ ਕੋਈ ਕੋਸ਼ ਨਹੀਂ ਕਿਸੇ ਨੇ ਕੁਝ ਨਹੀਂ ਕੀਤਾ ਸਾਰਾ ਨਸੀਬਾਂ ਜੀ ਜੋ ਹੋ ਰਿਹਾਗਾ ਬੜੀ ਚੰਗੀ ਵੈਸੇ ਗੱਲ ਲੱਗੀ ਕਹਿੰਦੇ ਅਸੀਂ ਦੇਸੀ ਲੋਗ ਆ ਦੇਸੀ ਖਾਣੇ ਖਾਈਦੇ ਆ ਆ ਥੋੜੀ ਜੀ ਮਤਲਬ ਇਹ ਕਿ ਆਪਣੇ ਕੁਛ ਲਸਣ ਬੀਜ ਲਿਆ ਗੰਡੇ ਬੀਜ ਦੇਖੋ ਗੰਡੇ ਕਿੰਨੇ ਮਹਿੰਗੇ ਅੱਜ ਕੱਲ ਹੋ ਗਏ ਆ ਤੇ ਆਪਣਾ ਨਿਜ਼ਾਮ ਚਲਾਈ ਜਾਂਦੇ ਹੈਗੇ ਆ ਤੇ ਉਹਨਾਂ ਨੂੰ ਕੋਈ ਪਰੇਸ਼ਾਨੀ ਕੋਈ ਨਹੀਂ ਕਹਿੰਦੇ ਅਸੀਂ ਘਰ ਮੱਜਾਂ ਰੱਖੀਆਂ ਉਹਦਾ ਮਤਲਬ ਇਹ ਕਿ ਮੱਖਣ ਬਣਦਾ ਉਹਦਾ ਮੱਖਣ ਸ਼ਖਨ ਕੱਢਦੇ ਆ ਉਹ ਕਿਓ ਬਣ ਗਏ ਉਹੀ ਘਾਰ ਇਸਤੇਮਾਲ ਕੱਢ ਕੇ ਤੇ ਆਪਣਾ ਨਿਜ਼ਾਮ ਯਾਨੀ ਕਿ ਚਲਾ ਲੈਂਦੇ ਆਗੇ ਆ ਤੇ ਮੈਂ ਤੁਹਾਨੂੰ ਥੋੜਾ ਜਿਹਾ ਨਾ ਆਪਣੇ ਯਾਨੀ ਕਿ ਰਕਬੇ ਦਾ ਥੋੜਾ ਵਿਊ ਦਿਖਾਉਣਾ ਉਸ ਤੋਂ ਬਾਅਦ ਫੇਰ ਤੁਹਾਡੇ ਕੋਲ ਇਜਾਜ਼ਤ ਵੀ ਮੰਗਾਗਾ ਐ ਉਸੇ ਰਕਬੇ 'ਚ ਖੜੇ ਆ ਜਿੱਥੇ ਚਾਚੇ ਹੁਣਾਂ ਨੇ ਸਾਨੂੰ ਨਾ ਇੱਕ ਇੰਟਰਵਿਊ ਛੋੜਾ ਦਿੱਤਾ ਹੈਗਾ ਮਾਸ਼ਾਅੱਲਾ ਦੇਖੋ ਦੇਖੋ ਮਾਸ਼ਾਅੱਲਾ ਜਿਹਦੇ ਇੰਨੇ ਰਕਬੇ ਹੈਗੇ ਆ ਤੇ ਕਿਹੜੀ ਲੋੜ ਉਹਨਾਂ ਨੂੰ ਪਰੇਸ਼ਾਨ ਹੋਣ ਦੀ ਮਾਸ਼ਾਅੱਲਾ ਜ਼ਬਰਦਸਤ ਇਹ ਉਹ ਚੀਜ਼ਾਂ ਵਾਂ ਲਸਣ ਵਗੈਰਾ ਵੀ ਜਿਆ ਹੋਇਆ ਠੀਕ ਹੈ ਮੂਲੀਆਂ ਵਗੈਰਾ ਹੋਣਗੀਆਂ ਇੱਥੇ ਕਿਤੇ ਜ਼ਬਰਦਸਤ ਇਹ ਦੇਖੋ ਜੀ ਵਿਕਾਸ ਭਾਈ ਨੇ ਮੂਲੀ ਦਿਖਾਤੀ ਕੀ ਬਾਤ ਹੈ ਹੈਰ ਵਿੰਗੀ ਜੀ ਮੂਲੀ ਲੇਕਿਨ ਜ਼ਬਰਦਸਤ ਹੈਗੀ ਯਾਰ ਅੱਜ ਦੀ ਵੀਡੀਓ ਦਾ ਮਕਸਦ ਅਸਲ ਇਹ ਹੈਗਾ ਕਿ ਅੱਜ ਕੱਲ ਨਾ ਸਾਰੇ ਲੋਕ ਨਾ ਸਿਰਫ ਨਿਸ਼ੁکری ਕਰਦੇ ਆ ਕਿ ਇਦਾਂ ਹੋ ਗਿਆ ਮਹਿੰਗਾਈ ਹੋ ਗਈ ਫੁਲਾਣਾ ਹੋ ਗਿਆ ਮਹਿੰਗਾਈ ਜ਼ਰੂਰ ਹੈਗੀ ਆ ਲੇਕਿਨ ਜੇ ਅਗਰ ਤੁਸੀਂ ਨਾ ਅੱਲਾ ਪਾਕ ਦਾ ਸ਼ੁਕਰ ਅਦਾ ਕਰੋਗੇ तो थानू यानी कि कोई यानी कि महंगाई या कोई चीज़ नज़र नहीं आएगी अगर आपको आज की मेरी वीडियो अच्छी लगी हो तो मेरे चैनल को सब्सक्राइब और बेल आइकन का बटन लाजमी दबा दें क्योंकि हमारी हर आने वाली वीडियो आप तक पहुंच सके नेक्स्ट वीडियो का इंतज़ार करें अल्लाह हाफिज़

ਅੱਜ ਦਾ ਵਲੋਗ ਬਣਾਉਣ ਵਾਸਤੇ ਇੱਕ ਸੀ ਜਾਨੀ ਕਿ ਨਾ ਰਕਵੇ ਵਾਲੇ ਸ਼ਹਿਰ ਤੇ ਨਿਕਲੇ ਆ ਤੇ ਚਾਚਾ ਜੀ ਹੁਣ ਆ ਰਹੇ ਸੀਗੇ ਤੇ ਮੈਂ ਕਿਹਾ ਚਲੋ ਇਹਨਾਂ ਨਾਲ ਗੱਪ ਸ਼ੱਪ ਕਰਦੇ ਆ ਚਾਚਾ ਜੀ ਕੀ ਹਾਲ ਆ ਠੀਕ ਆ ਜੀ ਠੀਕ ਆ ਸ਼ੁਕਰ ਅੱਲਾ ਦਾ ਹਾਲ ਆ ਫਿਰ ਮੈਂ ਤੁਹਾਡੇ ਨਾਲ ਨਹੀਂ ਜੀ ਮੈਨੂੰ ਕਿਹੜੀ ਸ਼ੱਟ ਲੱਗ ਚਲੀ ਆ ਅੱਛਾ ਜੀ ਤੁਹਾਡਾ ਸਿਹਤ ਵੀ ਠੀਕ ਆ ਠੀਕ ਆ ਸ਼ੁਕਰ ਅੱਲਾ ਦਾ ਜੀ ਇਹ ਤਾਂ ਇਨੇ ਕ ਬਟੇ ਕੀ ਕਰਨੇ ਹੈਗੇ ਆ ਜੀ ਬੱਕਰੀਆਂ ਰੱਖੀਆਂ ਨੇ ਬੱਕਰੀ ਕਿੰਨੀਆਂ ਕ ਰੱਖੀਆਂ ਹਾਂ ਹਾਂ ਲੇ ਤਿੰਨ ਚਾਰ ਤਿੰਨ ਚਾਰ ਬੱਕਰੀਆਂ ਰੱਖੀਆਂ ਹੋਈਆਂ ਚਲੋ ਚੰਗੀ ਗੱਲ ਹੈਗੀ ਬੰਦ ਕਰ ਦੋ ਅੱਛਾ ਜੀ ਹੁਣ ਨਾ ਅਸੀਂ ਚਾਚਾ ਜੀ ਨੂੰ ਨਾਲ ਗੱਪਸ਼ਪ ਵੀ ਕਰਦੇ ਆ ਚਾਚਾ ਜੀ ਹੋਰ ਸੁਣਾਓ ਸਿਹਤ ਵੀ ਠੀਕ ਹੈ ਤੁਹਾਡੀ ਸ਼ੁਕਰ ਅੱਲਾ ਦਾ ਜੀ ਠੀਕ ਠਾਕ ਆ ਜੀ ਕਿੱਦਾਂ ਜ਼ਿੰਦਗੀ ਲੰਘਦੀ ਆ ਟਾਈਮ ਕਿੱਦਾਂ ਚੱਲ ਰਿਹਾ ਹੁਣ ਹਾਂ ਸ਼ੁਕਰ ਅੱਲਾ ਦਾ ਰੋਟੀ ਦੋ ਟਾਈਮ ਮਲਾ ਪਾਕ ਦਿੰਦਾ ਦਿੰਦਾ ਹੈ ਖਾਈ ਜਾਂਦੇ ਆ ਠੀਕ ਆ ਹਾਂ ਜੀ ਅੱਛਾ ਮਤਲਬ ਇਹ ਕਿ ਅੱਜ ਕੱਲ ਨਾ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੈਗੇ ਕਿ ਮਹਿੰਗਾਈ ਹੋ ਗਈ ਇਦਾਂ ਹੋ ਗਿਆ ਉਦਾਂ ਹੋ ਗਿਆ ਹਰ ਬੰਦਾ ਆਪਣੀਆਂ ਪਰੇਸ਼ਾਨੀਆਂ ਦੱਸ ਦਿਆਂ ਜਿਹਦੇ ਅੱਗੇ ਯਾਨੀ ਕਿ ਮੈਕ ਕਰ ਦੋ ਆਪਣੀ ਗੱਲ ਫਣਾ ਦਿੰਦਾ ਤੇ ਰੋਟੀ ਨਹੀਂ ਪੂਰੀ ਹੁੰਦੀ ਫੁਲਾਣਾ ਹੋ ਗਿਆ ਫੁਲਾਣੇ ਨੇ ਸਾਡਾ ਇਦਾਂ ਕਰਤਾ ਉਸ ਨੂੰ ਕਰਾਣ ਇਦਾਂ ਕਰਤਾ ਟਾੜਾ ਕੀ ਵਹਿ ਜ਼ੇਨ ਕਹਿੰਦਾ ਸ਼ੁਕਰ ਹੈ ਅੱਲਾਹ ਦਾ ਜੀ ਸਾਨੂੰ ਕਿਸੇ ਨਾਲ ਕੀ ਲੱਗਿਆ ਮਤਲਬ ਮੰਗਾਈਏ ਤੇ ਅਸੀਂ ਸੇ ਦੇਸੀ ਬੰਦੇ ਆ ਰੋਟੀ ਰਾਬਤ ਦੇ ਜਾਂਦਾ ਦੋ ਟਾਈਮ ਖਾਈ ਜਾਂਦੇ ਆ ਸ਼ੁਕਰ ਅੱਲਾਹ ਦਾ ਬਸ ਠੀਕ ਹੈ ਤੁਹਾਡੀ ਗੱਲ ਤੇ ਸਹੀ ਹੈਗੀ ਜ਼ਿੰਦਗੀ ਤੇ ਹੋਰ ਵੀ ਜ਼ਰੂਰਤ ਵਗੈਰਾ ਬਹੁਤ ਜ਼ਿਆਦਾ ਹੁੰਦੀਆਂ ਹੈਗੀਆਂ ਵਾ ਤੇ ਉਹ ਫਿਰ ਕੀ ਨਿਜ਼ਾਮ ਚੰਗਾ ਚੱਲ ਰਿਹਾ ਹੈਗਾ ਹਾਂ ਜੀ ਬਿਲਕੁਲ ਠੀਕ ਠਾਕ ਚੱਲ ਰਿਹਾ ਵਾ ਆਪਣਾ ਦੇਸੀ ਕੰਮਾਂ ਸਾਧਗਰੀ ਦਾ ਉਹ ਪਿਆ ਚੱਲਦਾ ਪਿਆ ਵਾ ਸਾਨੂੰ ਮੰਗਾਈ ਨਾਲ ਕੋਈ ਗਰਜ ਨਹੀਂ ਏਡੀ ਹੈਗੀ ਅੱਲਾਹ ਦੇਖਾਏਗਾ ਸ਼ੁਕਰ ਅੱਲਾਹ ਦਾ ਚਲੋ ਜੀ ਮਾਸ਼ਾ ਅੱਲਾਹ ਤੁਹਾਡੀ ਗੱਲ ਬਹੁਤ ਚੰਗੀ ਹੈਗੀ ਤੇ ਦੇਸੀ ਚਾਹ ਹੁਣ ਕਿਹੜਾ ਲੋਕ ਬੀਜਦੇ ਆ ਉਹ ਜੇ ਹੈਗੇ ਆ ਜੇ ਬਈਆਂ ਗਈਆਂ ਰੱਖਈਆਂ ਨੇ ਦੇਸੀ ਘਿਓ ਖਾਣੇ ਆ ਦੇਸੀ ਮੱਖਣ ਖਾਣੇ ਆ ਦੁੱਧ ਪੀਣੇ ਆ ਸ਼ੁਕਰ ਅੱਲਾਹ ਦਾ ਠੀਕ ਠਾਕ ਮੈਂ ਆਜ ਕਾਲ ਦੇ ਜਿਹੜੇ ਘਰ ਕੋਈ ਪਾਇਆ ਕਿ ਹੋ ਨਿਕਲਿਆ ਵੇਚਣ ਤੋਰ ਪੈਂਦਾ ਕੀ ਕੀ ਗੱਲ ਸਹੀ ਹੈ ਗਲਤ ਮੈਂ ਨੇ ਜੀ ਅਸੀਂ ਨਹੀਂ ਵੇਚਦੇ ਅਸੀਂ ਆਪ ਹੀ ਖਾਂਦੇ ਆ ਬੜੀ ਗੱਲ ਆ ਵੇ ਤੇ ਡਾਡੀ ਤੁਸੀਂ ਚਸਕਰਾਤੀ ਆ ਗਈ ਮੈਂ ਕਹ ਜੀ ਜ਼ਬਰਦਸਤ ਕੰਮ ਕਰਦੇ ਤੁਸੀਂ ਹਾਂ ਹਾਂ ਜੀ ਬਿਲਕੁਲ ਮੈਂ ਤੁਸੀਂ ਡਾਲਟਾ ਘਰ ਨਹੀਂ ਲੈ ਕੇ ਉਹਨੇ ਫਿਰ ਨਹੀਂ ਨਹੀਂ ਜੀ ਡਾਲਟਾ ਨੇ ਡਾਲਟਾ ਲੈ ਕੇ ਆਈਏ ਤੇ ਨਿਆਣਿਆਂ ਦੇ ਖੰਗ ਲੱਗ ਜਾਂਦੀ ਆ ਸਾਨੂੰ ਖੰਗ ਲਾਈਆਂ ਨੇ ਵੱਡਿਆਂ ਬੰਦਿਆਂ ਨੂੰ ਅਸੀਂ ਦੇਸੀ ਖਾਂਦੇ ਆ ਬੜੀ ਗੱਲ ਆ ਯਕੀਨ ਕੋਰ ਬੜੀ ਗੱਲ ਮੈਂ ਸੂਟ ਵਾਲਾ ਤੁਹਾਨੂੰ ਹਾਂ ਅੱਛਾ ਜੀ ਆ ਦੇਖ ਲਓ ਬਾਬਾ ਜੀ ਅੱਜ ਯਾਨੀ ਕਿ ਮੈਨੂੰ ਮਿਲੇ ਕਹਿ ਰਹੇ ਕਿ ਯਾਨੀ ਕੋਈ ਮਹਗਾਈ ਨਹੀਂ ਕੋਈ ਕੋਸ਼ ਨਹੀਂ ਕਿਸੇ ਨੇ ਕੁਝ ਨਹੀਂ ਕੀਤਾ ਸਾਰਾ ਨਸੀਬਾਂ ਜੀ ਜੋ ਹੋ ਰਿਹਾਗਾ ਬੜੀ ਚੰਗੀ ਵੈਸੇ ਗੱਲ ਲੱਗੀ ਕਹਿੰਦੇ ਅਸੀਂ ਦੇਸੀ ਲੋਗ ਆ ਦੇਸੀ ਖਾਣੇ ਖਾਈਦੇ ਆ ਆ ਥੋੜੀ ਜੀ ਮਤਲਬ ਇਹ ਕਿ ਆਪਣੇ ਕੁਛ ਲਸਣ ਬੀਜ ਲਿਆ ਗੰਡੇ ਬੀਜ ਦੇਖੋ ਗੰਡੇ ਕਿੰਨੇ ਮਹਿੰਗੇ ਅੱਜਕੱਲ ਹੋ ਗਏ ਆ ਤੇ ਆਪਣਾ ਨਿਜ਼ਾਮ ਚਲਾਈ ਜਾਂਦੇ ਹੈਗੇ ਆ ਤੇ ਉਹਨਾਂ ਨੂੰ ਕੋਈ ਪਰੇਸ਼ਾਨੀ ਕੋਈ ਨਹੀਂ ਕਹਿੰਦੇ ਅਸੀਂ ਘਰ ਮੱਜਾਂ ਰੱਖੀਆਂ ਕੋੜਾ ਮਤਲਬ ਇਹ ਕਿ ਮੱਖਣ ਬਣਦਾ ਉਹਦਾ ਮੱਖਣ ਸ਼ਖਨ ਕੱਢਦੇ ਆ ਉਹਦਾ ਘਿਓ ਬਣ ਗਏ ਉਹੀ ਘਾਲ ਇਸਤੇਮਾਲ ਕੱਢ ਗਏ ਤੇ ਆਪਣਾ ਨਿਜ਼ਾਮ ਯਾਨੀ ਕਿ ਚਲਾ ਲੈਂਦੇ ਆ ਗਿਆ ਤੇ ਮੈਂ ਤੁਹਾਨੂੰ ਥੋੜਾ ਜਿਹਾ ਨਾ ਆਪਣੇ ਯਾਨੀ ਕਿ ਰਕਬੇ ਦਾ ਥੋੜਾ ਵਿਊ ਦਿਖਾਉਣਾ ਉਸ ਤੋਂ ਬਾਅਦ ਫਿਰ ਤੁਹਾਡੇ ਕੋ ਇਜਾਜ਼ਤ ਵੀ ਮੰਗਾਗਾ ਐ ਉਸੇ ਰਕਬੇ 'ਚ ਖੜੇ ਆ ਜਿੱਥੇ ਚਾਚੇ ਹੁਣਾਂ ਨੇ ਸਾਨੂੰ ਨਾ ਇੱਕ ਇੰਟਰਵਿਊ ਛੋੜਾ ਦਿੱਤਾ ਹੈਗਾ ਮਾਸ਼ਾਅੱਲਾ ਦੇਖੋ ਦੇਖੋ ਮਾਸ਼ਾਅੱਲਾ ਜਿਹੜੇ ਇੰਨੇ ਰਕਬੇ ਹੈਗੇ ਆ ਤੇ ਕਿਹੜੀ ਲੋੜ ਉਹਨਾਂ ਨੂੰ ਪਰੇਸ਼ਾਨ ਹੋਣ ਦੀ ਮਾਸ਼ਾਅੱਲਾ ਜ਼ਬਰਦਸਤ ਇਹ ਉਹ ਚੀਜ਼ਾਂ ਵਾਂ ਇਹ ਲਸਣ ਵਗੈਰਾ ਬੀਜਿਆ ਹੋਇਆ ਠੀਕ ਹੈ ਮੂਲੀਆਂ ਵਗੈਰਾ ਹੋਣਗੀਆਂ ਇੱਥੇ ਕਿਤੇ ਜ਼ਬਰਦਸਤ ਇਹ ਦੇਖੋ ਜੀ ਵਿਕਾਸ ਭਾਈ ਨੇ ਮੂਲੀ ਦਿਖਾ ਦਿੱਤੀ ਕਿਆ ਬਾਤ ਹੈ ਹੈਰ ਵਿੰਗੀ ਜੀ ਮੂਲੀ ਲੇਕਿਨ ਜ਼ਬਰਦਸਤ ਹੈਗੀ ਹੈ ਯਾਰ ਅੱਜ ਦੀ ਵੀਡੀਓ ਦਾ ਮਕਸਦ ਅਸਲ ਇਹ ਹੈਗਾ ਕਿ ਅੱਜ ਕੱਲ ਨਾ ਸਾਰੇ ਲੋਕ ਨਾ ਸਿਰਫ ਨਿਸ਼ੁکری ਕਰਦੇ ਆ ਕਿ ਇਦਾਂ ਹੋ ਗਿਆ ਮਹਿੰਗਾਈ ਹੋ ਗਈ ਫੁਲਾਣਾ ਹੋ ਗਿਆ ਮਹਿੰਗਾਈ ਜ਼ਰੂਰ ਹੈਗੀ ਆ ਲੇਕਿਨ ਜੇ ਅਗਰ ਤੁਸੀਂ ਨਾ ਅੱਲਾ ਪਾਕ ਦਾ ਸ਼ੁਕਰ ਅਦਾ ਕਰੋਗੇ तो थानू यानी कि कोई यानी कि महंगाई या कोई चीज़ नज़र नहीं आएगी अगर आपको आज की मेरी वीडियो अच्छी लगी हो तो मेरे चैनल को सब्सक्राइब और बेल आइकन का बटन लाजमी दबा दें क्योंकि हमारी हर आने वाली वीडियो आप तक पहुंच सके नेक्स्ट वीडियो का इंतज़ार करें अल्लाह हाफिज़